ਲਾਲ ਜੀ ਇੱਕ ਵਾਸਾ ਕਰਕੇ ਰੱਖੋ। ਉਸਤਾਦ ਇਹਨੂੰ ਇਸ ਤਰ੍ਹਾਂ ਕਰ, ਇੰਜ ਸਿੱਧਾ ਖੜਾ ਕਰ ਦੀਵਾਰ ਦੇ ਨਾਲ, ਬੰਦਾ ਨਹੀਂ ਆਉਂਦਾ ਇਹਨੂੰ, ਸਪਾਈਨ ਬੋਰਡ ਨੂੰ ਇੰਜ ਇੰਜ ਕਰਕੇ ਇੰਜ ਕਰਕੇ ਟੇੜਾ, ਮਤਲਬ ਲਟਾ ਕੇ ਖੜਾ ਕਰ, ਲਟਾ ਕੇ ਖੜਵਾ ਕਰ ਦੇ। ਦੂਸਰੀ ਤਰਫ ਇਹਦੇ ਇਹਦੇ ਪਿਛਲੇ ਪਾਸੇ ਲਾ ਯਾਰ, ਫਿਰ ਕਰਵਟ ਦੀਵਾਰ ਹੈ ਜੋ ਉਧਰ ਲੱਗਦਾ, ਤਾਂ ਫਿਰ ਉਹ ਦੀਵਾਰ ਦੇ ਨਾਲ ਬਿਲਕੁਲ ਸੀ, ਸਿੱਧਾ ਨਹੀਂ ਸੀ ਆਉਣਾ। ਸਪਾਈਨਲ ਇੰਜਰੀ, ਇਹ ਦੋ ਹੀ ਸਨ, ਦੋ ਹੀ ਸਨ, ਦੋ ਹੀ ਸੀ, ਦੋ ਵੈਸੇ ਗਏ ਹੋਏ ਥੱਲੇ। ਬਾਬਾ ਜੀ ਪਿਛਾਂ ਹੋ ਜਾਓ, ਬੰਦਾ ਬਾਹਰ ਗੱਡੀ ਲਿਆਉਂਦੇ ਨੇ, ਅੱਲਾ ਖੈਰ ਕਰੇ। ਇੱਧਰ ਨਹੀਂ ਬਾਈ, ਇੱਧਰ ਨਾ ਨਾ ਬਾਈ, ਨਾ 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 ਬਾਈ, ਇੱਥੇ ਉੱਤੇ ਕੰਮ ਕਰਦੇ ਖੜੇ ਆ ਬਾਈ, ਗਾਰਡਰ ਜਿਹਾ ਰੱਖ ਕੇ। ਹਾਂ ਉਹ ਵੇਖ ਟੁੱਟਾ ਪਿਆ ਵਿੱਚ, ਉਹ ਟੁੱਟ ਗਿਆ ਬਾਈ, ਨਾਲ ਵੀ ਫਿਰ ਪਿੱਛੇ ਗਈ, ਨਾਲ ਹੀ ਚੱਕਰ। ਆਹੋ ਉਹ ਬੰਦੇ ਦੇ ਤੂੰ ਵੇਖਿਆ ਨੀ ਕਿੰਨੇ ਫ੍ਰੈਕਚਰ, ਉਹ ਜਿਹੜਾ ਬਾਹਰ ਕੱਢਿਆ ਐਕਸਪਾਇਰ ਹੋ ਗਿਆ, ਮੈਨੂੰ ਤਾਂ ਲੱਗਦਾ ਉਹਦੀ ਬਰਤਨ ਵੀ ਟੁੱਟੀ, ਲੱਤਾਂ ਦੋ ਤੋਂ ਵੱਧ ਟੁੱਟੀਆਂ ਨੇ, ਉੱਪਰ ਫ੍ਰੈਕਚਰ ਨੇ, ਬਾਅਦ ਨੂੰ ਦੇਖਣ ਫ੍ਰੈਕਚਰ ਹੈ, ਅਤੇ ਕਰਦਨ ਵੀ ਇੰਜ ਇੰਜ ਉੱਧਰ ਉੱਧਰ ਹੀ ਪੈ ਜਾਂਦੀ ਹੈ ਥੱਲੇ ਲੰਮੀ, ਪਤਾ ਨਹੀਂ ਬਾਈ ਮਜ਼ਦੂਰ ਹੀ ਸੀ ਉਹ ਵਿਚਾਰਾ, ਪਿੱਛੇ ਵਾਸਤੇ ਪਤਾ ਬਤਾ ਲੈ। ਡਾਊਨ ਕਰੀ ਯਾਰ, ਖਿੱਚ ਡਾਊਨ ਆ ਬਸ, ਆਪ ਕਰੋ ਨਾ, ਖੁੱਲ ਜਾਵੇ ਭੈਣ ਚੋਦ, ਉੱਥੇ ਜੁਆਇੰਟ ਹੈ ਉੱਥੋਂ ਨਾ ਖੁੱਲ ਜਾਵੇ, ਬੰਦ ਕਰ ਦਿਓ ਮੇਰੇ ਨਾਲ।
ਨਾ ਕਿ ਨਾ ਕਿ ਨਾ ਕਿ ਨਾ ਠਹਿਰ ਜਾ ਠਹਿਰ ਜਾ ਠਹਿਰ ਜਾ ਖਿੱਚੋ ਭਰਾ ਨੂੰ ਖਿੱਚੋ ਖਿੱਚੋ ਉਹ ਥੋੜ੍ਹਾ ਜਿਹਾ ਬਚਾ ਕੇ ਥੋੜ੍ਹਾ ਜਿਹਾ ਆਪ ਕਰੇ ਸਾਈ ਥੋੜ੍ਹਾ ਜਿਹਾ ਆਪ ਕਰੀ ਹਾਂ ਚਲੋ ਜੀ ਚੁੱਕੋ ਸਾਰੇ ਆਉਂਗਾ।